ਦੀ ਕਹਾਣੀ ਸਰਨਾਮਾ ਹੈ ਰੱਜੋ ਕੱਜੋ। ਸੋਚਿਆ ਅੱਜ ਕਿਹਦੀ ਕਹਾਣੀ ਹੋਵੇ। ਹਜਾਜ ਬਿਨ ਯੂਸਫ ਸਾਹਮਣੇ ਆ ਗਿਆ। ਇਹ ਮੇਰੀ, ਮੈਂ ਕਿਹਾ ਬਣਦੀ ਤੇ ਹੈ। ਬੋਲਿਆ ਬਣਾ ਫਿਰ। ਮੈਂ ਆਖਿਆ ਬਣਾਨੇ ਆ, ਐਵੇਂ ਟਾਲਦਾ ਪਿਆ ਏ। ਨਹੀਂ ਟਾਲਣਾ ਕਿਉਂ, ਇੰਨਾ ਚਿਰ ਟਾਲੀ ਹੀ ਰੱਖਿਆ ਜੀ, ਅਖੀਰ ਆਪ ਹੀ ਆਉਣਾ ਪਿਆ। ਇਹ ਕਹਾਣੀਕਾਰੀ ਦਾ ਲੋਕਾਰ ਹੈ, ਉਸੇ ਤੁਹਾਨੂੰ ਚੇਤੇ ਦੀਆਂ ਭੁੱਲੀਆਂ ਵਿਸਰੀਆਂ ਪਰਤਾਂ ਵਿੱਚੋਂ ਕੱਢ ਲਿਆਂਦਾ। ਉਹ ਮੇਰੀ ਗੱਲ ਪਿਆ ਸੁਣਦਾ ਸੀ ਤੇ ਨਾਲੇ ਮੈਨੂੰ ਘੂਰੀ ਪਾ ਕੇ ਵੇਖਦਾ ਸੀ ਪਿਆ। ਮੈਂ ਹੌਲੀ ਹੌਲੀ ਆਪਣੇ ਆਪ ਨੂੰ ਹੀ ਪਿਆ ਦੱਸਦਾ ਸਾਂ। ਕਹਾਣੀ ਲਿਖਣਾ ਜਿਵੇਂ ਜਿਵੇਂ ਗੁੜਦਾ ਜਾਂਦਾ ਹੈ, ਤਿਵੇਂ ਤਿਵੇਂ ਕਿੰਨਾ ਕੁਝ ਅਣਗੌਲਿਆ ਕਹਾਣੀ ਬਣਨ ਲਈ ਤੁਰਿਆ ਹੁੰਦਾ ਹੈ। ਹੈ ਨਾ ਚੰਬਾ ਗੱਲ, ਬੰਦੇ ਨੇ ਕਦੀ ਆਪਣੇ ਚੇਤੇ ਅਚੇਤੇ ਦੀ ਹਾਥ ਹੀ ਨਹੀਂ ਲਈ। ਇਹ ਹਾਥ ਤੇ ਮੇਰੀ ਜਾਚੇ ਆਪਣੀ ਬੋਲੀ ਦਵਾਉਂਦੀ ਹੈ। ਬੋਲੀ ਕਹਾਣੀ ਚੇਤਾ ਕਿੰਨਾ ਇੱਕ ਮੇਕੇ, ਇਸੇ ਨਾਲ ਹੀ ਤਾਂ ਸਾਰੀ ਉਪਜ ਹੁੰਦੀ। ਜੀ ਜੀਆਂ ਨਾਲ ਜੁੜਦੇ ਨੇ, ਸਾਂਝਾ ਰਿਜ਼ਕ ਉੱਗਦਾ ਬਣਦਾ ਤੇ ਫਿਰ ਸਾਂਝਾ ਹੀ ਵਰਤਿਆ ਜਾਂਦਾ। ਪਰ ਅੰਤਲੀਆਂ ਦੋਵੇਂ ਗੱਲਾਂ ਅੱਤ ਪੁਰਾਣੀਆਂ ਨੇ, ਵਰਤੋਂ ਵਿੱਚੋਂ ਨਿਕਲ ਕੇ ਅਚੇਤ ਦੇ ਪਾਤਾਲਾਂ ਵਿੱਚ ਗਈਆਂ ਹੋਈਆਂ। ਉਹ ਖਰਵਾ ਹੁੰਦਾ ਬੋਲਿਆ, ਇਹ ਕੀ ਬੁੜਬੁੜ ਲਾਈ ਹੋਈ, ਕਹਾਣੀ ਲਿਖ ਮੇਰੀ, ਤੈਨੂੰ ਆਖਿਆ। ਮੈਂ ਆਖਿਆ ਹਾਂਜੀ ਜ਼ਰੂਰ, ਬੈਠਾ ਰਹਾਂ ਇੱਥੇ ਹੀ। ਬੈਠੋ ਜਾਂ ਨਾ ਬੈਠੋ, ਤੁਸੀਂ ਹੁਣ ਇੱਥੇ ਹੀ ਹੋ, ਨਾ ਆਉਂਦਿਆਂ ਵੀ ਇੱਥੇ ਹੀ, ਸਗੋਂ ਬਹੁਤੇ ਇੱਥੇ। ਮੈਂ ਕਾਗਜ਼ ਸਿੱਧੇ ਕਰਨ ਲੱਗ ਪਿਆ। ਦੋ ਜਬਾਰ ਦਰਜ਼ੀ ਹੁੰਦਾ ਸੀ ਸਾਡੇ ਮਹੱਲੇ ਦੀ ਨਿੱਕੀ ਜਿਹੀ ਬਾਜ਼ਾਰੀ ਵਿੱਚ। ਪੰਜ ਛੇ ਦੁਕਾਨਾਂ ਸਨ ਵਿਰਲੀਆਂ, ਡੇਢ ਦੋ ਪਰਚੂਨ ਦੀਆਂ, ਇੱਕ ਪਾਨ ਸਿਗਟਾਂ ਦੀ, ਇੱਕ ਖੋਖਾ ਦੁੱਧ ਦਹੀਂ ਦਾ, ਇੱਕ ਵੱਡੀ ਸਾਰੀ ਡੱਲ ਜਿਹਦੇ ਵਿੱਚ ਕਈ ਸਬਜ਼ੀਆਂ ਪਈਆਂ ਹੁੰਦੀਆਂ ਸਨ, ਤੇ ਫਿਰ ਇੱਕ ਦਰਜ਼ੀ ਦੀ ਦੁਕਾਨ, ਜਬਾਰ ਦਰਜ਼ੀ ਦੀ। ਥੋੜ੍ਹਾ ਅਧਕੜ ਲੱਗਦਾ ਸੀ, ਕੱਦ ਬਹੁਤ ਹੀ ਛੋਟਾ, ਰੰਗ ਗੋਰਾ ਪਰ ਪਿਲਤਣ ਬਹੁਤੀ, ਉਤਲੇ ਦੋ ਦੰਦ ਅਗਾਂਹ ਨੂੰ ਵਧੇ ਹੋਏ, ਹੇਠਲਾ ਬੁੱਲ ਉਹਨਾਂ ਥੱਲੇ ਹੀ ਆਇਆ ਹੁੰਦਾ, ਕੱਪੜੇ ਵਾਹਵਾ ਸਿੰਦਾ ਸੀ। ਜਾਂ ਇੱਥੇ ਇਕੱਲਾ ਉਹ ਹੀ ਦਰਜ਼ੀ ਸੀ, ਇਸ ਲਈ ਉਹਦੇ ਕੋਲ ਕੰਮ ਦਾ ਘਾਟਾ ਨਹੀਂ ਸੀ ਹੁੰਦਾ, ਹਰ ਵੇਲੇ ਕੰਮ ਵਿੱਚ ਹੀ ਲੱਗਾ ਰਹਿੰਦਾ ਸੀ। ਸਿਆਲਾਂ ਵਿੱਚ ਗਰਮ ਕੰਮ ਵੀ ਮਿਲ ਜਾਂਦਾ ਸਾਸੂ। ਗਾਉਂਦਾ ਬੜਾ ਚੰਗਾ ਸੀ, ਆਵਾਜ਼ ਢੇਰ ਸੁਰੀਲੀ ਸੀ, ਨਾ ਕੰਮ ਤੋਂ ਹੁੱਟਦਾ ਸੀ ਤੇ ਨਾ ਗਾਣੇ ਤੋਂ ਅੱਕਦਾ ਸੀ। ਇੰਝ ਹੀ ਲੱਗਦਾ ਸੀ ਜਿਵੇਂ ਉਹਦਾ ਕੰਮ ਉਹਦੇ ਗਾਣੇ ਤੋਂ ਹੈ ਤੇ ਉਹਦਾ ਗਾਣਾ ਉਹਦੇ ਕੰਮ ਤੋਂ ਹੈ। ਕੰਮ ਨਾ ਕਰਦਾ ਪਿਆ ਹੁੰਦਾ ਤੇ ਗਾਣਾ ਵੀ ਚੁੱਪ ਹੋ ਜਾਂਦਾ। ਪਰ ਇਹੋ ਜਿਹੇ ਵੇਲੇ ਘੱਟ ਹੀ ਹੁੰਦੇ। ਮੇਰਾ ਉਹਦੀ ਦੁਕਾਨ ਤੇ ਬਹਿਣ ਖਲੋਣ ਸੀ, ਪਰ ਬਹੁਤਾ ਚੋਖਾ ਨਹੀਂ। ਹਾਂ ਇੱਕ ਵੇਲੇ ਕੁਝ ਚੋਖਾ ਹੋ ਚੱਲਿਆ ਸੀ,
ਉਹ ਮੇਰੇ ਵੱਡੇ ਭਰਾ ਨੇ ਡਕਾ ਦਿੱਤਾ। ਉਹਨੇ ਮੇਰੀ ਅੰਮੀ ਨੂੰ ਕਿਹਾ ਇਹ ਜਬਾਰ ਦਰਜ਼ੀ ਕੋਲ ਵੜਿਆ ਰਹਿੰਦਾ ਜੇ, ਇਹਦਾ ਕੁਝ ਕਰ ਲਓ, ਉਹਨੂੰ ਤਾਂ ਟੀ ਵੀ ਹੈ, ਹਰ ਵੇਲੇ ਖੰਘਦਾ ਤੇ ਖੰਘਾਰ ਥੁੱਕਦਾ ਰਹਿੰਦਾ, ਛੂਤਦਾਰ ਹੋ ਗਏ, ਇਹਨੂੰ ਪ੍ਰਹੇਜ਼ ਕਰਨਾ ਚਾਹੀਦਾ। ਅੰਮੀ ਮੈਨੂੰ ਟਕਾ ਕੇ ਗੁੱਸੇ ਹੋਏ, ਸੂਦੋ ਉਹਦੀਆਂ ਤੇ ਵੱਖੀਆਂ ਅੰਦਰ ਪੈ ਗਈਆਂ ਹੋਈਆਂ ਨੇ ਕੁਟਹਿਰਾ ਖਾਣ ਨਾਲ, ਤੂੰ ਕੀ ਉੱਥੇ ਲੈਣ ਵੜਿਆ ਰਹਿੰਦਾ। ਘਰ ਵਿੱਚ ਇੰਨੀ ਖੱਪ ਪਈ ਜੋ ਮੈਂ ਜਬਾਰ ਕੋਲ ਬਹਿਣਾ ਅਸਲੋਂ ਹੀ ਕੱਟ ਕਰ ਦਿੱਤਾ, ਪਰ ਛੱਡਿਆ ਕੋਈ ਨਾ, ਛੱਡਣ ਔਖਾ ਸੀ। ਉਹਨੂੰ ਕੰਮ ਕਰਦੇ ਨੂੰ ਵੇਖਣਾ ਤੇ ਨਾਲ ਉਹਦਾ ਗਾਣਾ ਸੁਣਨਾ ਮੈਨੂੰ ਦੁਨੀਆਂ ਜਹਾਨ ਦਾ ਸਭ ਤੋਂ ਸਵਾਦੀ ਕੰਮ ਲੱਗਦਾ ਸੀ। ਮੈਨੂੰ ਹੋਸ਼ ਹੀ ਨਹੀਂ ਸੀ ਰਹਿੰਦਾ ਕੁਝ। ਕਈ ਵਾਰੀ ਮੇਰਾ ਦਿਲ ਭਾਰਾ ਹੁੰਦਾ ਸੀ ਤੇ ਮੇਰੀਆਂ ਅੱਖਾਂ ਛਲਕ ਪੈਂਦੀਆਂ ਸਨ। ਗਾਣਾ ਉਹ ਇੰਜ ਨਹੀਂ ਸੀ ਬਈ ਹੁਣ ਇਹ ਪਿਆ ਗਾਉਂਦਾ ਤੇ ਕੜੀ ਨੂੰ ਕੋਈ ਦੂਜਾ ਤੇ ਫਿਰ ਝੱਟ ਪਾ ਕੇ ਕੋਈ ਤ੍ਰੀਜਾ, ਨਹੀਂ, ਉਹ ਇੱਕੋ ਹੀ ਗਾਣਾ ਗਾਉਂਦਾ ਸੀ, ਜਦੋਂ ਵੇਖੋ ਜਦੋਂ ਸੁਣੋ। ਇਹ ਬੋਲ ਸਨ ਹੁੰਦੇ, ਤੇਰੇ ਅਥਰੂ ਡੱਕ ਕੇ ਵੈਰੀਆ ਵੇ, ਅੱਖੀਆਂ ਵਿੱਚ ਰੜਕਾਂ ਕੱਜੀਆਂ ਨੇ, ਇਹ ਮਿੱਠੀਆਂ ਸੂਲਾਂ ਪਿਆਰ ਦੀਆਂ ਮੇਰੇ ਲੂਣ ਲੂਣ ਦੇ ਵਿੱਚ ਵੱਜੀਆਂ ਨੇ। ਨਾ ਬੇਦਰਦਾਂ ਨਾਲ ਗੱਲ ਕੀਤੀ, ਨਾ ਵੇਖ ਕੇ ਅੱਖੀਆਂ ਰੱਜੀਆਂ ਨੇ, ਇਹ ਮਿੱਠੀਆਂ ਸੂਲਾਂ ਪਿਆਰ ਦੀਆਂ ਮੇਰੇ ਲੂਣ ਲੂਣ ਦੇ ਵਿੱਚ ਵੱਜੀਆਂ ਨੇ। ਮੈਂ ਕਦੀ ਨਹੀਂ ਸੀ ਪੁੱਛਿਆ ਉਹਨੂੰ, ਜਬਾਰ ਇਸ ਇੱਕ ਗਾਣੇ ਵਿੱਚ ਅਜਿਹੀ ਕਿਹੜੀ ਸ਼ੈ ਹੈ ਜਿਹੜੀ ਤੈਨੂੰ ਕੋਈ ਹੋਰ ਗਾਣਾ ਨਹੀਂ ਗਾਉਣ ਦਿੰਦੀ। ਮੈਂ ਉਹਨੂੰ ਪੁੱਛਦਾ ਕਿ ਮੈਨੂੰ ਸਾਫ ਲੱਗਦਾ ਸੀ ਕਿ ਮੈਂ ਉਹਨੂੰ ਇਹ ਗੱਲ ਪੁੱਛਣ ਜੋਗਾ ਹੀ ਨਹੀਂ ਸਾਂ। ਉਹਦੀ ਦੁਕਾਨ ਵਿੱਚ ਦੋ ਅਲਮਾਰੀਆਂ ਸਨ ਕੰਧ ਨਾਲ ਬਣੀਆਂ ਲੱਕੜ ਦੀਆਂ, ਤੇ ਦੋ ਵੱਡੇ ਵੱਡੇ ਸ਼ੋਕੇਸ ਸਨ ਬੜੇ ਸੋਹਣੇ, ਉਹਦੇ ਕੰਮ ਵਾਲੇ ਫੱਟੇ ਦੇ ਨਾਲ ਪੈ, ਪਰ ਕਿਸੇ ਨੂੰ ਵੀ ਕੋਈ ਸ਼ੀਸ਼ਾ ਨਹੀਂ ਸੀ। ਸ਼ੋਕੇਸਾਂ ਵਿੱਚ ਮੁਨਿਆਰੀ ਦੇ ਸਮਾਨ ਦੇ ਡੱਬੇ ਡੱਬੀਆਂ ਪਏ ਹੋਏ ਸਨ, ਅੰਦਰੋਂ ਖਾਲੀ, ਕਿਸੇ ਵਿੱਚ ਵੀ ਕੋਈ ਸ਼ੈ ਨਹੀਂ ਸੀ। ਮੈਨੂੰ ਇੰਜ ਲੱਗਾ ਵੀ ਮੇਰੇ ਬੈਠਿਆਂ ਹੀ ਇੱਕ ਦਿਨ ਇੱਕ ਬੁੱਢੜੀ ਆਈ, ਝੁਰੜੀਆਂ ਨਾਲ ਭਰੇ ਚਿਹਰੇ, ਪੋਪਲੇ ਮੂੰਹ ਤੇ ਚਿੱਟੇ ਦੁੱਧ ਬਰਬੇਟਿਆਂ ਵਾਲੀ, ਸਿਰ ਤੇ ਟੋਪੀ ਵਾਲਾ ਬੁਰਕਾ, ਬਸ ਅੜਾਇਆ ਹੀ ਹੋਇਆ। ਜਬਾਰ ਉਹਨੂੰ ਲੈ ਕੇ ਪਰਚੂਨ ਦੀ ਦੁਕਾਨ ਵੱਲ ਗਿਆ ਤੇ ਮੈਂ ਮਗਰੋਂ ਕੋਈ ਦੋ ਚਾਰ ਡੱਬੀਆਂ ਚੁੱਕ ਕੇ ਵੇਖੀਆਂ, ਅਸਲੋਂ ਹੌਲੀਆਂ ਫੁੱਕ ਕਿਸੇ 'ਚ ਵੀ ਕੁਝ ਨਹੀਂ ਸੀ। ਮੈਂ ਜਬਾਰ ਦੇ ਆ ਜਾਣ ਦਾ ਖਿਆਲ ਕਰਕੇ ਛੇਤੀ ਨਾਲ ਬੈਂਚ 'ਤੇ ਬਹਿ ਗਿਆ। ਇਹ ਬੈਂਚ ਉਹਦੇ ਅੱਡੇ ਦੇ ਸਾਹਮਣੇ ਕੰਧ ਨਾਲ ਪਿਆ ਹੁੰਦਾ ਸੀ। ਇਹਦੇ ਪਿੱਛੇ ਕੁਝ ਉੱਚੀ ਕਰਕੇ ਇੱਕ ਤਸਵੀਰ ਲੱਗੀ ਹੁੰਦੀ ਸੀ, ਨੇੜਿਓਂ ਵੇਖੋ ਤੇ ਮੋਰੀਆਂ ਮੋਰੀਆਂ, ਦੂਰ ਹੋ ਕੇ ਵੇਖੋ ਤਾਂ ਇੱਕ ਸ਼ਕਲ ਜ਼ਨਾਨੀ, ਵਧੀਆ ਨੈਣ ਨਕਸ਼ਾਂ ਵਾਲੀ, ਵਾਲ ਵੀ ਬੜੇ ਸੋਹਣੇ ਬਣੇ ਹੋਏ। ਇਹ ਕਲਪਨਾ ਕਾਰ ਤੱਕ ਸੀ, ਫਿਲਮ ਹਾਊਸ ਨੰਬਰ 44 ਦੀ ਹੀਰੋਇਨ। ਕੋਈ ਪੁੱਛਦਾ ਤੇ ਉਹ ਇੰਨਾ ਹੀ ਆਖ ਛੱਡਦਾ, ਪਰ ਮੈਂ ਉਹਨੂੰ ਕਦੀ ਇਸ ਤਸਵੀਰ ਵੱਲ ਵੇਖਦਿਆਂ ਵੀ ਨਹੀਂ ਸੀ ਡਿੱਠਾ। ਪਰ ਅਲਮਾਰੀਆਂ ਤੇ ਸ਼ੋਕੇਸਾਂ ਦੇ ਸ਼ੀਸ਼ਿਆਂ ਦੇ ਨਾ ਹੋਣ ਵਾਲੀ ਗੱਲ ਮੈਨੂੰ ਅੰਦਰ ਅਚਵੀ ਜਿਹੀ ਲਾ ਦਿੰਦੀ, ਪਤਾ ਨਹੀਂ ਕਿਉਂ, ਬਸ ਮੇਰੀ ਸੂਈ ਇੱਥੇ ਫਸ ਗਈ ਹੋਈ ਸੀ। ਖਬਰੇ ਕਿਉਂ ਮੈਨੂੰ ਇਹਦੀ ਟੋਹ ਜਿਹੀ ਲੱਗ ਗਈ ਜਾਣਨ ਦੀ, ਕਿਸੇ ਹੋਰ ਤੋਂ ਵੀ ਪੁੱਛ ਸਕਦਾ ਸਾਂ, ਪਰ ਨਹੀਂ, ਮੈਂ ਉਹਦੇ ਤੋਂ ਹੀ ਪੁੱਛਣਾ ਚਾਹੁੰਦਾ ਸਾਂ। ਦਸੀ ਪੰਦਰੀ ਦਿਨੀ ਜਦੋਂ ਵੀ ਮੈਂ ਉਹਦੀ ਦੁਕਾਨ ਵਿੱਚ ਆ ਕੇ ਬਹਿੰਦਾ, ਉਹ ਆਪਣੇ ਕੰਮ ਅਤੇ ਗਾਣੇ ਦੀ ਲੋਰ ਵਿੱਚ ਮਗਨ ਹੁੰਦਾ।
ਤੇਰੇ ਰਾਵਾਂ ਦੇ ਵਿੱਚ ਰੁਲ ਗਈਆਂ, ਦਿਲ ਦੇ ਕੇ ਸਭ ਕੁਝ ਭੁੱਲ ਗਈਆਂ, ਮੈਨੂੰ ਹੋਸ਼ ਨਹੀਂ ਰਿਹਾ। ਤੇਰੇ ਰਾਵਾਂ ਦੇ ਵਿੱਚ ਰੁਲ ਗਈਆਂ, ਦਿਲ ਦੇ ਕੇ ਸਭ ਕੁਝ ਭੁੱਲ ਗਈਆਂ, ਮੈਨੂੰ ਹੋਸ਼ ਨਹੀਂ, ਮੇਰਾ ਰੱਬ ਜਾਣੇ ਕਿਹੜੇ ਪਾਸੇ ਨੀਂਦਰਾਂ ਭੱਜੀਆਂ ਨੇ। ਇਹ ਮਿੱਠੀਆਂ ਸੂਲਾਂ ਪਿਆਰ ਦੀਆਂ ਮੇਰੇ ਲੂਣੂ ਦੇ ਵਿੱਚ ਵੱਜੀਆਂ ਨੇ। ਇੱਕ ਦਿਨ ਮੇਰੇ ਬੈਠਿਆਂ ਕੱਪੜਾ ਪਿਆ ਮਿਣਦਾ ਸੀ, ਮੈਂ ਉਹਨੂੰ ਪੁੱਛ ਲਿਆ, ਜਬਾਰ ਸਾਹਿਬ ਗੁੱਸੇ ਨਾ ਹੋਇਆ ਜੇ, ਉਹਨੇ ਚੁੱਚਰੀਆਂ ਅੱਖਾਂ ਨਾਲ ਮੈਨੂੰ ਵੇਖਿਆ, ਕਿਉਂ? ਇੱਕ ਗੱਲ ਪੁੱਛਣੀ ਹੈ। ਉਹਨੇ ਦੋਵੇਂ ਬਰਵੱਟੇ ਸੰਘੋੜ ਲੈ, ਹਾਂ ਪੁੱਛੋ, ਇਹਨਾਂ ਚੀਜ਼ਾਂ ਦੇ ਸ਼ੀਸ਼ੇ ਕਿਉਂ ਨਹੀਂ? ਜਬਾਰ ਕੱਪੜਾ ਇੱਕ ਪਾਸੇ ਕਰਕੇ ਗਲ ਵਿੱਚ ਇੰਚੀ ਟੇਪ ਲਮਕਾਈ ਆਪਣੀ ਥਾਂ 'ਤੇ ਬੈਠਾ ਮੇਰੀ ਸ਼ਕਲ ਪੜ੍ਹਨ ਲੱਗ ਪਿਆ। ਫਿਰ ਜਿਵੇਂ ਉਹਨੂੰ ਕੋਈ ਤਸੱਲੀ ਜਿਹੀ ਹੋ ਗਈ, ਟੁੱਟ ਗਏ ਬਸ। ਕਿਉਂ? ਆਪਣੇ ਆਪ? ਨਹੀਂ, ਆਪਣੇ ਆਪ 'ਤੇ ਨਹੀਂ, ਕਿਸੇ ਕੋਲੋਂ ਤਰੁੱਟੇ? ਹਾਂ, ਕਿਸੇ ਨੇ ਤਰੋੜ ਦਿੱਤੇ ਅਤੇ ਮਾਲ ਲੁੱਟਿਆ ਗਿਆ। ਉਹ ਚੁੱਪ ਕਰ ਗਿਆ, ਅੱਖਾਂ ਉਸ ਦੀਆਂ ਜਿਵੇਂ ਕਿਸੇ ਹੋਰ ਵੇਲੇ 'ਚ ਝਾਕਣ ਲੱਗ ਪਈਆਂ, ਉਂਝ ਹੀ ਪੂਰੀਆਂ ਨਾ ਖੁੱਲਦੀਆਂ ਹੋਈਆਂ। ਲੱਗਾ ਦਿਲ ਨੂੰ ਆਕਰਿਆਂ ਪਿਆ ਕਰਦਾ ਸੀ। ਫਿਰ ਆਵਾਜ਼ ਸਾਂਭਦਿਆਂ ਬੋਲਿਆ ਹਜਾਜ ਬਿਨ ਯੂਸਫ ਨੇ। ਅਚੰਭੇ ਨਾਲ ਮੇਰਾ ਮੂੰਹ ਅਡਿਆ ਰਹਿ ਗਿਆ। ਹਾਂ, ਹਜਾਜ ਬਿਨ ਯੂਸਫ ਨੇ। ਅੱਛਾ, ਹਜਾਜ ਬਿਨ ਯੂਸਫ? ਹਾਂ, ਉਸ ਦੀਆਂ ਅੱਖਾਂ 'ਚ ਹਰ ਵੇਲੇ ਖੂਨ ਰਹਿੰਦਾ ਸੀ। ਚਮੜੇ ਦੀ ਜੈਕਟ ਅਤੇ ਚਮੜੇ ਦੇ ਬੂਟ ਹੁੰਦੇ ਸਨ ਉਹਦੇ, ਮੂੰਹ ਉਹਦੇ ਨੂੰ ਕੋਈ ਬੰਦਾ ਵੀ ਵੇਖ ਨਹੀਂ ਸੀ ਸਕਦਾ। ਸੁੱਥਣ ਏਡੀ ਵੱਡੀ ਹੁੰਦੀ ਸੀ ਜੋ ਮੇਰੇ ਜਿੱਡੇ ਦੋ ਤਿੰਨ ਬੰਦੇ ਵੀ ਲੁੱਕ ਜਾਣ ਅਤੇ ਕਿਸੇ ਨੂੰ ਨਾ ਲੱਭਣ। ਮੂੰਹ ਅਤੇ ਦਾੜੀ, ਸਿਰ 'ਤੇ ਉੱਚਾ ਤੁਰਲਾ ਬਣਾ ਕੇ ਘੁੱਟ ਕੇ ਬੱਧਾ ਰੁਮਾਲ। ਜਬਾਰ ਕਿਸੇ ਬੱਚਿਆਂ ਦੀ ਕਹਾਣੀ 'ਚ ਅੱਪੜ ਗਿਆ ਸੀ ਅਤੇ ਉੱਥੇ ਉਹਨੂੰ ਬੱਚਿਆਂ ਨੂੰ ਖਾ ਜਾਣ ਵਾਲਾ ਜਿਹੜਾ ਜਿੰਨ ਪਿਆ ਵਿਖਾਲੀ ਦਿੰਦਾ ਸੀ, ਉਹਦਾ ਹੁਲੀਆ ਅਤੇ ਡੀਲ ਡੌਲ ਪਿਆ ਉਲੀਕਦਾ ਸੀ। ਉਹ ਅੱਗ ਦਾ ਭਵਾਕਾ ਬਣ ਕੇ ਆਇਆ ਅਤੇ ਬਸ ਫਿਰ ਉਹਨੇ ਮੈਨੂੰ ਅਤੇ ਸਾਰੀ ਦੁਕਾਨ ਨੂੰ ਮਿੱਧ ਮਧੋਲ ਕੇ ਰੱਖ ਦਿੱਤਾ, ਸਾੜ ਫੂਕ ਕੇ। ਉਹ ਤਾਂ ਕਿਸੇ ਨੇ ਦੂਰੋਂ ਉਹਨੂੰ ਕੜਕੇਦਾਰ ਆਵਾਜ਼ 'ਚ ਕੁਝ ਆਖਿਆ ਅਤੇ ਮੈਂ ਉੱਥੋਂ ਨੱਸ ਸਕਿਆ। ਕੋਈ ਥਾਂ ਨਹੀਂ ਸੀ ਮੇਰੇ ਲਈ, ਮੈਂ ਹੁਣੀ ਕਬਰਾਂ 'ਚ ਜਾ ਕੇ ਲੁੱਕ ਗਿਆ। ਜਬਾਰ ਇਸ ਤੋਂ ਅੱਗੇ ਕੁਝ ਨਹੀਂ ਸੀ ਬੋਲਣਾ ਚਾਹੁੰਦਾ, ਮੇਰੇ ਹੋਠਾਂ ਨੂੰ ਵੀ ਜੰਦਰਾ ਵੱਜ ਗਿਆ। 3 ਨੰਬਰ ਮੱਲੇ ਸਾਰੇ ਦੀਆਂ ਕੁੜੀਆਂ ਨਿੱਕੀਆਂ ਨਿੱਕੀਆਂ ਟੁਕੜੀਆਂ ਬਣਾ ਕੇ ਜਬਾਰ ਦੀ ਹੱਟੀ ਵਿੱਚ, ਕੋਈ ਹੋਰ ਬੰਦਾ ਨਾ ਹੁੰਦਾ ਤਾਂ ਚੁਰਮਟ ਪਾਈ ਰੱਖਦੀਆਂ ਗੁੱਡੀਆਂ ਦੇ ਪਟੋਲੇ ਲੈਣ ਲਈ। ਜਬਾਰ ਉਹਨਾਂ ਨੂੰ ਨਾ ਦਿੰਦਾ ਤੇ ਉਹ ਜਬਾਰ ਦੇ ਹੱਥੀ ਪੈ ਜਾਂਦੀਆਂ ਤੇ ਉਹਦੇ ਫੱਟੇ ਥੱਲਿਓਂ ਆਪ ਕੱਢ ਲੈਂਦੀਆਂ। ਜਬਾਰ ਝੂਠ ਮੂਠ ਦਾ ਗੁੱਸਾ ਬਣਾ ਕੇ ਉਹਨਾਂ ਦੀ ਝਾੜ ਚੰਬ ਕਰਦਾ, ਉਹਨਾਂ ਨੂੰ ਨਸਾ ਦਿੰਦਾ ਤੇ ਕੋਈ ਹੋਰ ਟੁਕੜੀ ਆਣ ਲੱਥਦੀ। ਇੱਕ ਟੁਕੜੀ ਵਿੱਚ ਰਜ਼ੀਆ ਵੀ ਆਉਂਦੀ ਹੁੰਦੀ ਸੀ। ਸਭ ਤੋਂ ਵੱਡੀ ਕਾਲੀਆਂ ਸ਼ਾਹ ਅੱਖਾਂ, ਖੁਰਮਾਨੀ ਵਰਗਾ ਰੰਗ, ਉਹਨੇ ਚਾਦਰ ਦੀ ਬੁੱਕਲ ਮਾਰੀ ਹੁੰਦੀ ਸੀ। ਫਿਰ ਵੀ ਉਹਦੇ ਕੁਝ ਸਿਆਣੀ ਉਮਰ ਦੇ ਹੋਣ ਦਾ ਪਤਾ ਲੱਗਦਾ ਪਿਆ ਹੁੰਦਾ ਸੀ ਚਾਦਰ ਦੀ ਕਿਸੇ ਬੁੱਕਲ ਵਿੱਚੋਂ, ਚਾਦਰ ਦੀ ਕੱਸੀ ਬੁੱਕਲ ਵਿੱਚੋਂ। ਇੱਕ ਦੁਪਹਿਰੇ ਜਦੋਂ ਸੂਰਜ ਆਪਣੇ ਸ਼ਿਖਰ 'ਤੇ ਸੀ, ਹਰ ਪਾਸੇ ਇੰਜ ਸੀ ਜਿਵੇਂ ਅੱਗ ਦੇ ਭਾਂਬੜ ਪੈ ਬਲਦੇ ਸਨ, ਬੰਦੇ ਕੀ ਸੜਕਾਂ ਮਕਾਨ ਅਤੇ ਰੁੱਖ ਸੜਦੇ ਪੈ ਜਾਪਦੇ ਸਨ। ਉਹ ਇਕੱਲੀ ਆ ਗਈ ਪਟੋਲੇ ਲੈਣ।
ਜਬਾਰ ਦੀ ਹੋਸ਼ ਮਾਰੀ ਗਈ ਉਹਨੂੰ ਵੇਖ ਕੇ। ਫਿਰ ਵੀ ਉਹਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਦੋਵਾਂ ਹੱਥਾਂ ਨਾਲ ਬੁੱਕਾਂ ਭਰ ਭਰ ਉਹਦੀ ਚਾਦਰ ਵਿੱਚ ਪਟੋਲੇ ਪਾਉਣ ਲੱਗ ਪਿਆ। ਇੱਕ ਵਾਰੀ ਤਾਂ ਉਹਦਾ ਹੱਥ ਕਿਸੇ ਉਭਰੀ ਹੋਈ ਸਖ਼ਤ ਥਾਵੇਂ ਵੀ ਜਾ ਲੱਗਾ। ਰਜ਼ੀਆ ਥੋੜ੍ਹੀ ਹੋਰ ਅੱਗੇ ਹੋ ਗਈ, ਜਬਾਰ ਹੱਥ ਪਿੱਛੇ ਰੱਖਣ ਲੱਗ ਪਿਆ। ਤੂੰ ਪਟੋਲੇ ਖੇਡਣੀ ਹੈ? ਹਾਂ, ਪਰ ਚੋਰੀ। ਉਹ ਗੁੱਸੇ ਹੁੰਦਾ। ਕੌਣ? ਅੱਬਾ। ਕੀ ਕਹਿੰਦਾ? ਕਹਿੰਦਾ ਤੂੰ ਵੱਡੀ ਹੋ ਗਈ ਹੈ, ਘਰ ਦਾ ਕੰਮ ਕਾਰ ਸੰਭਾਲ ਹੁਣ, ਤੇ ਤੇਰੀ ਮਾਂ ਉਹ ਮਰ ਗਈ ਹੋਈ। ਭੈਣ ਭਰਾ, ਦੋ ਭੈਣਾਂ ਇੱਕ ਭਰਾ, ਮੇਰੀ ਮਾਂ ਸਕੇ। ਜਬਾਰ ਨੇ ਬੁੱਕ ਪਟੋਲਿਆਂ ਦੀ ਉਹਦੀ ਚਾਦਰ ਚ ਪਾਈ। ਰਜ਼ੀਆ ਦੀਆਂ ਅੱਖਾਂ ਉਹਨੂੰ ਵੇਖਦੀਆਂ ਪਈਆਂ ਸਨ ਡੂੰਘੀ ਨੀਝ ਨਾਲ। ਜਬਾਰ ਨੂੰ ਆਪਣੇ ਪਿੰਡੇ ਵਿੱਚ ਚਰਨਾਟ ਜੀ ਛਿੜਦੀ ਜਾਪੀ। ਉਹ ਆਪਣੀ ਥਾਵੇਂ ਹੀ ਖਲੋਤੀ ਸੀ, ਪਰ ਉਹਦੀ ਆਵਾਜ਼ ਜਬਾਰ ਨੂੰ ਬੜੀ ਨੇੜਿਓਂ ਸੁਨੀਜੀ। ਨਾਲੇ ਆਖਦਾ ਮੈਨੂੰ ਹੁਣ ਤੂੰ ਅੱਬਾ ਨਾ ਆਖਿਆ ਕਰ। ਇਹ ਲਫ਼ਜ਼ ਜਬਾਰ ਨੂੰ ਬਾਹਰ ਵਰਦੀ ਅੱਗ ਤੋਂ ਵੀ ਚੋਖੇ ਤੱਤੇ ਲੱਗੇ। ਉਹਨੇ ਦੋਵੇਂ ਹੱਥ ਝਾੜ ਕੇ ਆਖਿਆ, ਬਸ। ਉਹ ਪੁੱਛਣ ਲੱਗੀ, ਜਾਵਾਂ ਹੁਣ? ਹਾਂ, ਜਾ। ਉਹ ਟੁਰ ਗਈ। ਥੋੜ੍ਹੀ ਢਿੱਲ ਮਗਰੋਂ ਜਬਾਰ ਨੇ ਬਾਹਰ ਮੂੰਹ ਕੱਢ ਕੇ ਝਾਤੀ ਮਾਰੀ। ਇੱਕ ਨਿੱਕਰ ਸ਼ਰਟ ਵਾਲਾ ਬਚੂੰਗੜਾ ਰਜ਼ੀਆ ਨਾਲ ਲੜਦਾ ਪਿਆ ਸੀ। ਤੂੰ ਪਟੋਲੇ ਲੈਣ ਆਈ ਹੋਈ ਸੈਨ, ਮੈਨੂੰ ਲੈ ਕੇ ਨਹੀਂ ਆਈ? ਆ ਲਵੇ ਅੱਬਾ, ਅੱਜ ਮੈਂ ਉਹਨੂੰ ਦੱਸਾਂਗਾ। ਰਜੋ ਕਜੋ। ਰਜ਼ੀਆ ਨੇ ਪਟੋਲੇ ਹਿੱਕ ਨਾਲ ਲਾਂਦਿਆਂ ਦੂਜੀ ਬਾਂਹ ਦੇ ਕਲਾਵੇ ਨਾਲ ਉਹਨੂੰ ਢਾਕੇ ਚੁੱਕ ਲਿਆ। ਡੇਢ ਦੋ ਘੰਟਿਆਂ ਮਗਰੋਂ ਹੀ ਜਬਾਰ ਤੇ ਉਹਦੀ ਦੁਕਾਨ ਉੱਤੇ ਹਜਾਜ ਬਿਨ ਯੂਸਫ ਦਾ ਤਾਵਾ ਹੋ ਗਿਆ। ਗਾਵਨ ਦੇ ਸ਼ਾਇਰ ਮਨਜ਼ੂਰ ਚੱਲਾ।